ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਰੈੱਡ ਬਾਕਸ ਤੋਂ ਆਏ ਗੁਰਚੇਤ ਅਤੇ ਉਹਨਾਂ ਦੇ ਸਾਥੀ ਕੈਮਰਾਮੈਨ ਦਾ। ਇਹ ਅੱਜ ਸਹਿ ਸਭਾਈ ਆਪਣੇ ਪਿੰਡ ਨੂੰ ਜਾ ਰਹੇ ਸੀ ਪੱਟੀ ਨੂੰ, ਅਤੇ ਲੋਹੀਆਂ ਮੇਨ ਰੋਡ 'ਤੇ ਇਹਨਾਂ ਨੇ ਬੋਰਡ ਲੱਗਾ ਵੇਖਿਆ ਸਾਡੇ ਫਾਰਮ ਦਾ, ਜੋਸਨ ਡਰੈਗਨ ਫਰੂਟ ਐਂਡ ਐਗਰੀਕਲਚਰ ਫਾਰਮ। ਇਹਨਾਂ ਨੇ ਉਸ ਤੋਂ ਨੰਬਰ ਪੜ੍ਹ ਕੇ ਮੈਨੂੰ ਫੋਨ ਕੀਤਾ ਕਿ ਅਸੀਂ ਡਰੈਗਨ ਫਰੂਟ ਬਾਰੇ ਕੋਈ ਨਾ ਕੁਝ ਪਤਾ ਕਰਨਾ ਚਾਹੁੰਦੇ ਵੀ ਤੁਸੀਂ ਕਿਵੇਂ ਫਾਰਮਿੰਗ ਕਰ ਰਹੇ ਹੋ। ਇਹ ਇਹਨਾਂ ਦੀ ਕਾਲ 'ਤੇ ਮੈਂ ਜਿਹੜਾ ਇੱਥੇ ਫਾਰਮ 'ਤੇ ਆਇਆ ਵਾਂ। ਮੈਂ ਇਹਨਾਂ ਨੂੰ ਆਪਣੇ ਫਾਰਮ 'ਤੇ ਜੀਆਂ ਆਖਦਾ ਵਾਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇੱਕ ਨਵੀਂ ਪਿਰਤਪ ਜਿਹੜੀ ਹੈ ਕਿਸਾਨੀ ਦੇ ਵਿੱਚ ਜਿਹੜੀ ਹੈ ਫੂਡਸ ਦੀ ਪਈ ਆ, ਸਪੈਸ਼ਲੀ ਡਰੈਗਨ ਫੂਡ ਦੀ, ਉਹਨੂੰ ਇਹ ਕਵਰ ਕਰ ਰਹੇ ਨੇ। ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਆਪਣੀ ਜ਼ਿੰਦਗੀ ਦੇ ਥੋੜ੍ਹੇ ਜਿਹੇ ਚੰਦ ਸ਼ਬਦਾਂ ਦੇ ਵਿੱਚ ਵੀ ਮੇਰਾ ਹੁਣ ਤੱਕ ਦਾ ਸਫ਼ਰ ਜਿਹੜਾ ਹੈ ਕਿਵੇਂ ਹੈ। ਇਸ ਵੇਲੇ ਮੇਰੀ 67 ਸਾਲ ਦੀ ਉਮਰ ਹੈ ਅਤੇ ਮੈਂ ਅਤੇ ਮੇਰੀ ਧਰਮ ਪਤਨੀ ਅਸੀਂ ਇੱਕ ਪ੍ਰਾਈਵੇਟ ਸਕੂਲ ਚਲਾ ਰਹੇ ਹਾਂ ਲੋਹੀਆਂ ਦੇ ਵਿੱਚ 1990 ਤੋਂ ਲੈ ਕੇ, ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ 'ਤੇ। ਅਤੇ ਸਕੂਲ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਵੱਲੋਂ ਮਾਨਤਾ ਪ੍ਰਾਪਤ ਹੈ। ਇਸ ਸਕੂਲ ਦੇ ਵਿੱਚ ਤਿੰਨੇ ਸਟਰੀਮਸ, ਕਮਰਸ, ਸਾਇੰਸ ਅਤੇ ਆਰਟਸ ਜਿਹੜੇ ਹੈ ਉਹ ਸਾਡੇ ਕੋਲ ਬੱਚੇ ਪੜ੍ਹ ਰਹੇ ਨੇ। ਬਚਪਨ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਸੀ ਪਾਕਿਸਤਾਨ ਟੋਬਾ ਟੇਕ ਸਿੰਘ ਦੇ ਲਾਗੋਂ, ਪਿੰਡ ਹੈ ਜੀਮਬੇ 295 ਚੱਕ ਨੰਬਰ, ਜਿਹਨੂੰ ਨਿਜ਼ਾਮਪੁਰਾ ਜਾਂ ਦੇਵੀਦਾਸਪੁਰਾ ਵੀ ਕਹਿੰਦੇ ਸੀ, ਉੱਥੋਂ ਉੱਠ ਕੇ ਆਇਆ ਸੀ। ਅਤੇ ਸਾਨੂੰ ਅਲੋਟਮੈਂਟ ਜਿਹੜੀ ਹੈ ਮਹਿਤਪੁਰ ਕਸਬੇ ਦੇ ਲਾਗੇ, ਤਹਿਸੀਲ ਜਲੰਧਰ, ਸੋਰੀ ਡਿਸਟ੍ਰਿਕਟ ਜਲੰਧਰ, ਤਹਿਸੀਲ ਨਕੋਦਰ ਦੇ ਵਿੱਚ ਹੋਈ ਸੀ, ਦਰਿਆ ਸਤਲੁਜ ਦੇ ਬਿਲਕੁਲ ਕੰਢੇ। ਅਤੇ ਮੇਰਾ ਸਾਰੇ ਦਾ ਸਾਰਾ ਬਚਪਨ ਜਿਹੜਾ ਹੈ ਉੱਥੇ ਪਿੰਡ ਦੇ ਵਿੱਚ ਹੀ ਆਪਣੇ ਖੇਤਾਂ 'ਚ ਕੰਮ ਕਰਦੇ ਹਾਂ ਅਤੇ ਮੱਝਾਂ ਚਾਰਦੇ ਜਿਹੜਾ ਹੈ ਬੀਤਿਆ ਸੀ। ਸਾਡਾ ਪਰਿਵਾਰ ਪੜ੍ਹਿਆ ਲਿਖਿਆ ਸੀ, ਸਾਡੇ ਸਾਰੇ ਫਾਦਰ ਸਾਹਿਬ ਵੀ ਮੇਰੇ ਟੀਚਰ ਸੀ, ਦੋ ਅੰਕਲ ਸੀ ਮੇਰੇ, ਉਹ ਵੀ ਟੀਚਰ ਸੀ। ਪਰ ਉਦੋਂ ਬੱਚਿਆਂ ਦੀ ਪੜ੍ਹਾਈ ਪ੍ਰਤੀ ਮਾਪੇ ਓਨੇ ਸੁਚੇਤ ਨਹੀਂ ਸੀ ਜਿੰਨੇ ਹੁਣ ਹਨ। ਪੜ੍ਹਨ ਵਾਸਤੇ ਸਾਡਾ ਜਿਹੜਾ ਕੰਮ ਸੀ ਉਹ ਹੁੰਦਾ ਸੀ ਖੇਤੀ ਸਾਨੂੰ ਪਹਿਲੋਂ ਆ, ਅਤੇ ਪੜ੍ਹਾਈ ਦਾ ਕੰਮ ਜਿਹੜਾ ਹੈ ਉਹ ਨਾਲ ਐਕਸਟਰਾ ਸੀ। ਟਾਈਮ ਲੱਗ ਗਿਆ ਪੜ੍ਹ ਲਓ, ਨਹੀਂ ਟਾਈਮ ਲੱਗ ਗਿਆ ਤਾਂ ਨਾ ਪੜ੍ਹੋ। ਪਿੰਡ ਦੇ ਲਾਗੇ ਸਾਡੇ ਪਰਜੀਆਂ ਸਕੂਲ ਤੋਂ ਮੈਂ ਮੈਟ੍ਰਿਕ ਕਰਕੇ, ਉਸ ਤੋਂ ਬਾਅਦ ਜਿਹੜੀ ਹੈ ਗ੍ਰੈਜੂਏਸ਼ਨ ਵਾਸਤੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਕੀਤੀ। ਉੱਥੇ ਅਸੀਂ ਜਿਹੜਾ ਹੈ ਇਕੱਲਾ ਮੈਂ ਹੀ ਨਹੀਂ, ਸਾਰੇ ਲੜਕੇ ਲੜਕੀਆਂ ਜਿੰਨੇ ਵੀ ਸੀ ਸਾਡੇ ਪਿੰਡਾਂ ਦੇ, ਲਗਭਗ 20 ਕਿਲੋਮੀਟਰ ਦਾ ਸਫ਼ਰ ਸਾਈਕਲਾਂ 'ਤੇ ਤੈਅ ਕਰਕੇ ਜਿਹੜੇ ਸੀ ਉਹ ਡੇਲੀ ਅਪ ਡਾਊਨ ਕਰਦੇ ਸੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਪੰਜਾਬੀ ਦੀ ਪੋਸਟ ਗ੍ਰੈਜੂਏਸ਼ਨ ਵਾਸਤੇ ਜਿਹੜਾ ਹੈ ਡੀ ਏ ਵੀ ਕਾਲਜ ਜਲੰਧਰ ਦਾਖਲਾ ਲਿਆ। ਉੱਥੇ ਮੈਨੂੰ ਲੱਗਾ ਕਿ ਜਿਹੜਾ ਹੈ ਐੱਮ ਏ ਕਰਨ ਤੋਂ ਬਾਅਦ ਵੀ ਜਿਹੜਾ ਹੈ ਵੀ ਕੋਈ ਇੱਥੇ ਨੌਕਰੀ ਵਾਲਾ ਲੜ ਪੱਲਾ ਕਿਸੇ ਨੇ ਨਹੀਂ ਫੜਾਉਣਾ, ਅਤੇ ਮੈਂ ਆਪਣਾ ਘਰਦਿਆਂ ਨਾਲ ਸਲਾਹ ਕਰਕੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ। ਸਭ ਤੋਂ ਪਹਿਲਾਂ ਮੈਂ ਜਿਹੜਾ ਸੀ ਅਫਗਾਨਿਸਤਾਨ ਗਿਆ, ਅਫਗਾਨਿਸਤਾਨ ਤੋਂ ਅਸੀਂ ਤੁਰਕੀ ਗਏ, ਤੁਰਕੀ ਤੋਂ ਬਲਗਾਰੀਆ, ਅਤੇ ਬਲਗਾਰੀਆ ਤੋਂ ਅਸੀਂ ਜਿਹੜਾ ਹੈ ਉਹ ਸ਼ਹਿਰ ਹੈ ਬਲਗਾਰੀਆ ਦਾ ਪਲਾਵਦੀਪ, ਉੱਥੋਂ ਅਸੀਂ ਗ੍ਰੀਸ ਦੇ ਵੀਜ਼ੇ ਲੈ ਲਏ। ਜਦੋਂ ਅਸੀਂ ਗ੍ਰੀਸ ਦੇ ਬਾਰਡਰ 'ਤੇ ਗਏ ਅਸੀਂ ਚਾਰ ਲੜਕੇ ਸੀ, ਦੋ ਅਤੇ ਇੱਕ ਮੇਰੇ ਨਾਲ ਸਾਡੇ ਪਿੰਡਾਂ ਲਾਗਿਓ ਚੱਲਿਆ ਸੀ, ਦੋ ਸਾਨੂੰ ਸਾਥੀ ਉੱਥੇ ਸਾਡੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹਨਾਂ ਦੀ ਅਫਗਾਨਿਸਤਾਨ ਕਾਬਲ ਦੇ ਵਿੱਚ। ਅਸੀਂ ਚਾਰ ਇਹੋ ਜਿਹੇ ਸੀ ਜਿਹੜੇ ਕਿਸੇ ਏਜੰਟ ਦੇ ਨਾਲ ਨਹੀਂ ਸੀ, ਅਸੀਂ ਆਪਣੇ ਪੈਰਾਂ 'ਤੇ ਜਿਹੜੇ ਸੀ ਗਏ ਸੀ, ਅਤੇ ਸਲਾਹ ਬਣੀ ਹੁਣ ਕਰਨਾ ਕਿੱਧਰ ਹੈ। ਫਿਰ ਅਸੀਂ ਚਾਰੇ ਦੇ ਚਾਰੇ ਇਹ ਟ੍ਰੇਨ 'ਚ ਬਹਿ ਕੇ ਜਿਹੜਾ ਹੈ ਗ੍ਰੀਸ ਵੱਲ ਨੂੰ ਚੱਲ ਪਏ। ਗ੍ਰੀਸ ਦੇ ਬਾਰਡਰ 'ਤੇ ਉਹਨਾਂ ਨੇ ਜਿਹੜਾ ਹੈ ਜਦੋਂ ਇੰਟਰ ਹੋਏ ਤਾਂ ਇਮੀਗ੍ਰੇਸ਼ਨ ਵਾਲੇ ਕਹਿੰਦੇ ਜਿਸ ਜਿਸ ਦੇ ਕੋਲ $300 ਕੈਸ਼ ਹੈਗਾ ਉਹ ਜਾ ਸਕਦਾ, ਦੂਸਰਾ ਨਹੀਂ। ਮੇਰੇ ਕੋਲ ਵੀ ਪੈਸੇ ਸੀ, ਮੇਰਾ ਜਿਹੜਾ ਦੂਸਰਾ ਮਿੱਤਰ ਆਦਮਪੁਰ ਵੱਲੋਂ ਲਾਗੇ ਪਿੰਡ ਹੈ ਮਾਨਕਰਾਈ, ਗੁਰਦੀਪ ਸਿੰਘ, ਅੱਜ ਕੱਲ੍ਹ ਉਹ ਆਸਟ੍ਰੇਲੀਆ ਦੇ ਵਿੱਚ ਸੈਟਲ ਨੇ ਵਿਆਨਾ 'ਚ, ਉਹਨਾਂ ਦੇ ਕੋਲ ਵੀ ਪੈਸੇ ਸੀ। ਪਰ ਜਿਹੜੇ ਸਾਡੇ ਨਾਲ ਇੱਕ ਉਹਨਾਂ ਦਾ ਸਾਥੀ ਇੱਕ ਮੇਰਾ ਸਾਥੀ, ਇਹੀ ਸਮਝਦੇ ਹੋਏ ਅਸੀਂ ਵੱਧ ਪੜ੍ਹੇ ਲਿਖੇ ਹਾਂ, ਅਸੀਂ ਸਾਰ ਲੈਣਾ, ਅਸੀਂ ਉਹਨਾਂ ਨੂੰ ਪੈਸੇ ਦੇ ਕੇ ਅਤੇ ਭੇਜਤਾ, ਅਤੇ ਆਪ ਉਹਨਾਂ ਨੂੰ ਐਡਰੈਸ ਦੇ ਤਾ ਸਾਨੂੰ ਪਲਾਓ ਦੀ ਹੋੜਨ ਦੇ ਐਡਰੈਸ 'ਤੇ ਪੈਸੇ ਵਾਪਸ ਭੇਜ ਦਿਓ। ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਸਾਨੂੰ ਉਧਰੋਂ ਕੋਈ ਸੁਨੇਹਾ ਨਹੀਂ ਆਇਆ, ਬਲਗਾਰੀਆ ਉਦੋਂ ਕਮਿਊਨਿਸਟ ਦੇਸ਼ ਸੀ 1976 ਦੇ ਵਿੱਚ, ਅਤੇ ਉੱਥੇ ਤੁਸੀਂ ਬਗੈਰ ਗੌਰਮੈਂਟ ਦੀ ਪਰਮਿਸ਼ਨ ਤੋਂ ਕਿਸੇ ਦੇ ਘਰ ਰਹਿ ਨਹੀਂ ਸਕਦੇ। ਪੈਸਾ ਸਾਡੇ ਕੋਲ ਨਹੀਂ ਸੀ, ਜਿਹੜੇ ਸਾਡੇ ਕੋਲ $100-200 ਸੀਗੇ, ਇੱਕ ਮਿੱਤਰ ਕੋਈ ਮਿੱਤਰ ਸਾਡਾ ਬਣ ਗਿਆ ਰਾਹ ਗਲੀ ਤੁਰਦਾ, ਪੰਜਾਬੀ ਮੁੰਡਾ ਸੀ, ਉਹ ਕੱਢ ਕੇ ਲੈ ਗਿਆ ਸਾਡੇ ਬੈਗ ਦੇ ਵਿੱਚੋਂ, ਅਤੇ ਅਸੀਂ ਬਿਲਕੁਲ ਨਿਹੱਥੇ ਰਹਿ ਗਏ। ਉੱਥੇ ਕਿਸੇ ਤੁਰਕਿਸ਼ ਪਰਿਵਾਰ ਦੇ ਘਰ ਸਾਨੂੰ ਇਹ ਜਿਹੜਾ ਹੈ ਉਹਨਾਂ ਨੇ ਸਾਡੇ 'ਤੇ ਤਰਸ ਕਰਕੇ ਜਿਹੜਾ ਹੈ ਮੁਸਲਿਮ ਪਰਿਵਾਰ ਸੀਗਾ ਉਹਨਾਂ ਨੇ ਸਾਨੂੰ ਆਪਣੇ ਘਰ ਰੱਖ ਲਿਆ। ਉਸ ਤੋਂ ਬਾਅਦ ਅਸੀਂ ਧੱਕੇ ਤੋੜੇ ਖਾਂਦੇ ਜਿਹੜੇ ਸੀ ਉੱਥੇ ਸੋਫੀਆ ਅੰਬੈਸੀ ਦੇ ਵਿੱਚ ਅਪਰੋਚ ਕੀਤੀ ਵੀ ਸਾਡੀ ਕੋਈ ਨਾ ਕੋਈ ਮਦਦ ਕਰੋ, ਪਰ ਉੱਥੇ ਜਿੰਨਾ ਸਟਾਫ ਹੁੰਦਾ ਸੀ ਕੁੱਲ ਮਿਲਾ ਕੇ ਸੌਖਦਾ ਸੀਗਾ, ਅਤੇ ਕਿਸੇ ਨੇ ਵੀ ਕੋਈ ਸਾਡੀ ਗੱਲ ਸੁਣਨ ਦੀ ਜਿਹੜੀ ਹੈ ਹਿੰਮਤ ਨਹੀਂ ਕੀਤੀ। ਸਵਾਭਾਵਿਕ ਵਾਸਤੇ ਉੱਥੇ ਇੱਕ ਸਰਦਾਰ ਸੀ ਅੰਬੈਸੀ ਦੇ ਵਿੱਚ, ਮੈਨੂੰ ਨਹੀਂ ਪਤਾ ਉਹਦਾ ਰੈਂਕ ਕੀ ਸੀ, ਉਹਨਾਂ ਨੇ ਦੱਸਤਾ ਵੀ ਇਹਨਾਂ ਨੇ ਤੁਹਾਡੀ ਮਦਦ ਕੋਈ ਨਹੀਂ ਕਰਨੀ, ਅਤੇ ਤੁਸੀਂ ਦਿਲ ਨਾ ਛੱਡੋ, ਮੈਂ ਤੁਹਾਡਾ ਕੋਈ ਨਾ ਕੋਈ ਜੁਗਾੜ ਕਰ ਦਿੰਦਾ। ਉਹਨਾਂ ਦਿਨਾਂ 'ਚ ਆਰਾਮ 'ਚ ਕੰਮ ਅਕਸਰ ਮਿਲ ਜਾਂਦਾ ਸੀ।
ਉਹ ਸਰਦਾਰ ਜੀ ਨੇ ਸਾਡੇ ਆਰਾਮ ਅੰਬੈਸੀ 'ਚ ਫੋਨ ਕਰਕੇ ਸਾਡੇ ਵੀਜ਼ੇ ਦਾ ਪ੍ਰਬੰਧ ਕਰਤਾ। ਹਾਲਾਂਕਿ ਉਦੋਂ ਬੜੀ ਵੇਟਿੰਗ ਚੱਲਦੀ ਹੁੰਦੀ ਸੀ, 10-10 ਦਿਨ ਉੱਥੇ ਰਹਿਣਾ ਪੈਂਦਾ ਸੀ, ਪਰ ਉਹਨਾਂ ਦੇ ਫੋਨ ਦੇ ਉੱਤੇ ਜਦੋਂ ਅਸੀਂ ਇਰਾਨ ਦੀ ਅੰਬੈਸੀ ਪਹੁੰਚੇ ਹਾਂ ਅਤੇ ਸਾਡਾ ਨਾਂ ਲੈ ਕੇ ਉੱਥੇ ਕੋਈ ਆਵਾਜ਼ ਮਾਰ ਰਿਹਾ ਸੀ, ਮਿਸਟਰ ਸਿੰਘ ਆ ਕੇ ਅਤੇ ਆਪਣਾ ਜਿਹੜਾ ਹੈ ਪਾਸਪੋਰਟ ਦਿਓ। ਆਊਟ ਆਫ ਦਾ ਵੇ ਜਾ ਕੇ ਸਾਨੂੰ 2 ਘੰਟੇ 'ਚ ਇਰਾਨ ਦਾ ਵੀਜ਼ਾ ਮਿਲ ਗਿਆ ਸੀ। ਅਤੇ ਉਸ ਤੋਂ ਬਾਅਦ ਉਸੇ ਸਰਦਾਰ ਜੀ ਨੇ ਸਾਡੇ ਨਾਲ ਕੁਝ ਪ੍ਰਬੰਧ ਕਰਤਾ, ਕੋਈ ਲੜਕੇ ਤੁਰਕੀ ਨੂੰ ਆ ਰਹੇ ਸੀ ਆਪਣੇ ਪੰਜਾਬੀ, ਉੱਥੇ ਕਾਰਾਂ ਦਾ ਬਿਜ਼ਨਸ ਕਰਦੇ ਸੀ, ਵੀ ਤੁਸੀਂ ਇਹਨਾਂ ਨੂੰ ਲਿਫਟ ਲੈ ਕੇ ਤੁਰਕੀ ਦੇ ਬਾਰਡਰ 'ਤੇ ਛੱਡਿਓ। ਮੈਂ ਅਤੇ ਮੇਰਾ ਮਿੱਤਰ ਗੁਰਦੀਪ ਇਸੇ ਤਰ੍ਹਾਂ ਹੀ ਧੱਕੇ ਤੋੜੇ ਖਾਂਦੇ ਬਿਲਕੁਲ ਬੁਲਗਾਰੀਆ ਤੋਂ ਲੈ ਕੇ ਤਹਿਰਾਨ ਤੱਕ ਅਸੀਂ ਬਿਨਾਂ ਕਿਸੇ ਪੈਸੇ ਤੋਂ ਪਹੁੰਚੇ ਸਾਂ। ਉਹਨਾਂ ਦਿਨਾਂ 'ਚ ਤਹਿਰਾਨ 'ਚ ਕੰਮ ਦੀ ਇਹ ਹਾਲਤ ਸੀ ਜਿਵੇਂ ਅੱਜ ਕੱਲ੍ਹ ਆਪਣੇ ਪੰਜਾਬ 'ਚ ਆਵੇ, ਬਈਆਂ ਨੂੰ ਸਟੇਸ਼ਨ 'ਤੇ ਲੈਣ ਜਾਂਦੇ ਆ, ਉਦੋਂ ਕੰਮ ਇੰਨਾ ਸੀ ਵੀ ਜਦੋਂ ਵੀ ਕੋਈ ਲੱਭਦਾ ਸੀ ਉਹਨੂੰ ਕਹਿੰਦੇ ਵੀ ਆ ਜਾਓ, 40 ਰੁਪਏ ਦਿਹਾੜੀ ਉੱਥੇ ਆਮ ਮਿਲਦੀ ਸੀ। ਅਤੇ ਇਸੇ ਤਰ੍ਹਾਂ ਮੈਂ 1.5 ਸਾਲ ਜਿਹੜਾ ਹੈ ਇਰਾਨ ਦੇ ਵਿੱਚ ਜਿਹੜਾ ਹੈ ਕੰਮ ਕੀਤਾ। ਜਦੋਂ ਆਇਤੁੱਲਾ ਖੁਮੈਨੀ ਜਿਹੜਾ ਹੈ ਇਰਾਨ 'ਚ ਆਉਂਦਾ ਹੈ, ਉਦੋਂ ਸਾਨੂੰ ਲੱਗਾ ਸੀ ਕਿ ਹੁਣ ਇੱਥੇ ਸਾਡਾ ਤੋਰੀ ਫੁਲਕਾ ਨਹੀਂ ਰਿਹਾ, ਅਤੇ ਅਸੀਂ ਉੱਥੋਂ ਆਪਣਾ ਜੁੱਲਾ ਬਿਸਤਰਾ ਚੁੱਕਿਆ ਅਤੇ ਅਗਲੇ ਸਫ਼ਰ ਵਾਸਤੇ ਚੱਲ ਪਏ। ਅਗਲਾ ਮੇਰਾ ਸਫ਼ਰ ਸੀ ਸਾਈਪ੍ਰਸ ਦਾ। ਉੱਥੇ ਮੇਰਾ ਇੱਕ ਸ਼ਾਇਰ ਮਿੱਤਰ ਸਾਡੇ ਪਿੰਡਾਂ ਤੋਂ ਦਰਸ਼ਨ ਬੁਲੰਦ ਵੀ ਜਿਹੜਾ ਵਾ ਉਹ ਰਹਿ ਰਿਹਾ ਸੀ, ਸਾਡੀ ਟਿਕਟ ਕਿਸੇ ਮਿੱਤਰ ਨੇ ਭੇਜ ਦਿੱਤੀ ਅਤੇ ਅਸੀਂ ਨਿਕੋਸੀਆ ਚਲੇ ਗਏ। ਉੱਥੇ 10 ਕੁ ਦਿਨ ਰਹਿਣ ਤੋਂ ਬਾਅਦ ਸਾਨੂੰ ਇਹ ਅਹਿਸਾਸ ਹੋਇਆ ਵੀ ਇਹ ਵੀ ਕੰਮ ਉਹੋ ਜਿਹੀ ਹੈ ਜਿਹੋ ਜਿਹਾ ਖੂਹ 'ਚੋਂ ਨਿਕਲ ਕੇ ਖਾਤੇ 'ਚ ਪੈਣ ਵਾਲੀ ਗੱਲ ਸੀ। ਅਤੇ ਅਸੀਂ ਫਿਰ 10 ਦਿਨ ਬਾਅਦ ਉੱਥੋਂ ਫਲਾਈਟ ਲਈ ਅਤੇ ਦੁਬਾਰਾ ਮੈਂ ਬੁਲਗਾਰੀਆ ਗਿਆ। ਬੁਲਗਾਰੀਆ ਤੋਂ ਬਾਈ ਟ੍ਰੇਨ ਅਸੀਂ ਹੁੰਦੇ ਹੋਏ ਇਟਲੀ ਪਹੁੰਚ ਗਏ। ਇਟਲੀ ਤੋਂ ਉਹਨਾਂ ਦਿਨਾਂ ਦੇ ਵਿੱਚ ਕੁਝ ਸ਼ਿਪਿੰਗ ਏਜੰਟ ਆਪਣੇ ਸੀਗੇ ਜਿਨ੍ਹਾਂ ਦੇ ਪੰਜਾਬ ਦੇ ਜਿਹਨਾਂ ਦੇ ਗਾਂ ਗ੍ਰੀਕ ਦੇ ਸ਼ਿਪਿੰਗ ਏਜੰਟਾਂ ਨਾਲ ਗੱਲ ਹੁੰਦੀ ਸੀ, ਉਹ ਗ੍ਰੀਕ ਦੇ ਵਿੱਚ ਕੁਝ ਪੈਸੇ ਲੈ ਕੇ ਜੋਬ ਦਵਾਉਂਦੇ ਸੀ। ਅਤੇ ਇਸੇ ਤਰ੍ਹਾਂ ਹੀ ਮੈਂ 1978 ਜਾਂ 80 ਦਾ ਮਾਰਚ ਮਹੀਨਾ ਸੀ, ਮੈਂ ਜਿਹੜਾ ਹੈ ਸ਼ਿਪ ਦੀ ਮੈਨੂੰ ਜੋਬ ਦੀ ਔਫਰ ਆ ਗਈ ਅਤੇ ਮੈਂ ਜਰਮਨੀ ਦੇ ਸ਼ਹਿਰ ਹੈਮਬਰਗ ਤੋਂ ਜਿਹੜਾ ਹੈ ਆਪਣਾ ਜਿਹੜਾ ਹੈ ਸ਼ਿਪ ਜੁਆਇਨ ਕਰ ਲਿਆ। ਲਗਭਗ 1.5-2 ਸਾਲ ਮੈਂ ਨੇਵੀ 'ਚ ਨੌਕਰੀ ਕੀਤੀ। ਵੱਖ ਵੱਖ ਦੇਸ਼ਾਂ ਨੂੰ ਸਾਡਾ ਜਿਹੜਾ ਜਹਾਜ਼ ਸੀਗਾ, ਮੈਂ ਕਹਿ ਸਕਦਾ ਹਾਂ ਕਿ ਅੱਜ ਜੇ ਕੋਈ ਪੰਜਾਬ 'ਚ ਚਾਹਵੇ ਵੀ ਜਿੰਨੀ ਕੁ ਮੇਰੇ ਕੋਲ ਪ੍ਰੋਪਰਟੀ ਹੈਗੀ 40-50 ਕਿੱਲੇ ਵੇਚ ਕੇ ਉਹਨਾਂ ਘੁੰਮ ਫਿਰ ਲਵਾਂ, ਉਹ ਨਹੀਂ ਘੁੰਮ ਫਿਰ ਸਕਦਾ ਜਿੰਨਾ ਮੈਂ ਆਪਣੇ ਸ਼ਿਪ ਦੀ ਨੌਕਰੀ ਦੌਰਾਨ ਘੁੰਮਿਆ। ਸਾਰਾ ਹੀ ਅਫਰੀਕਾ, ਸਾਰਾ ਹੀ ਯੂਰਪ, ਸਾਰਾ ਹੀ ਅਮਰੀਕਾ, ਸਾਊਥ ਅਮਰੀਕਾ, ਉਹ ਦੇਸ਼ ਜਿਨ੍ਹਾਂ ਬਾਰੇ ਆਪਾਂ ਜਾਣਾ ਸੋਚਦੇ ਵੀ ਨਹੀਂ, ਸਪੈਸ਼ਲੀ ਜਿੰਨਾ ਕਮਿਊਨਿਸਟ ਬਲਾਕ ਹੈ, ਰਸ਼ੀਆ ਹੈ, ਕਿਊਬਾ ਹੈ, ਜਾਂ ਈਸਟਰਨ ਯੂਰਪ ਦੇ ਜਿੰਨੇ ਵੀ ਦੇਸ਼ ਆ, ਉਹਨਾਂ ਸਾਰਿਆਂ ਦੇ ਵਿੱਚ ਅਸੀਂ ਅਕਸਰ ਜਾਂਦੇ ਸੀ। ਉਸ ਤੋਂ ਬਾਅਦ ਘਰੋਂ ਗਿਆ ਨੂੰ ਵਾਹਵਾ ਟਾਈਮ ਹੋ ਗਿਆ ਸੀ ਅਤੇ ਦਿਲ ਕਰਦਾ ਸੀ ਵੀ ਜਾ ਘਰ ਮਿਲੀਏ। ਅਸੀਂ ਸ਼ਿਪ ਛੱਡ ਕੇ ਅਤੇ ਸਾਰੇ ਸਾਰੇ ਮਿੱਤਰ ਸੀ ਵਾਪਸ ਅਸੀਂ ਪੰਜਾਬ ਆ ਗਏ ਸੀ। ਪੰਜਾਬ ਆਉਣ ਤੋਂ ਬਾਅਦ ਜਦੋਂ ਘਰਦਿਆਂ ਦੀ ਇੱਕੋ ਗੱਲ ਹੁੰਦੀ ਵੀ ਹੁਣ ਮੁੰਡੇ ਜਿਹੜੇ ਹੈ ਉਮਰ ਹੋ ਗਈ, ਇਹਨਾਂ ਦਾ ਵਿਆਹ ਕਰ ਦਈਏ। ਜਦੋਂ ਇਸ ਲੈਵਲ 'ਤੇ ਗੱਲ ਚੱਲੀ, ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਪੁੱਛਦੇ ਸੀ ਹੁਣ ਬਾਹਰ ਜਾਣਾ ਕਿ ਨਹੀਂ ਜਾਣਾ, ਕਿਉਂਕਿ ਮੇਰੀਆਂ ਮੁੜ ਤੋਂ ਹੀ ਸਾਹਿਤਕ ਰੁਚੀਆਂ ਸੀ, ਜਿੰਨੇ ਮੇਰੇ ਨਾਲ ਕੰਮ ਕਰਨ ਵਾਲੇ ਸੀ ਉਹਨਾਂ 'ਚੋਂ ਜ਼ਿਆਦਾ ਅਨਪੜ੍ਹ ਸੀ ਅਤੇ ਉਹਨਾਂ ਦੇ ਘਰਦਿਆਂ ਦੀਆਂ ਜਾਂ ਘਰਵਾਲਿਆਂ ਦੀਆਂ ਚਿੱਠੀਆਂ ਮੇਰੇ ਕੋਲ ਲਿਖਾਉਂਦੇ ਅਤੇ ਪੜ੍ਹਾਉਂਦੇ ਸੀ। ਅਤੇ ਮੈਨੂੰ ਪਤਾ ਸੀ ਵੀ ਇੱਕ ਪਰਦੇਸੀ ਦੀ ਜਿਹੜੀ ਜ਼ਿੰਦਗੀ ਕੀ ਹੈ ਜਦੋਂ ਉਹਦੀ ਵਾਈਫ ਜਿਹੜੀ ਹੈ ਨਹੀਂ ਹੁੰਦੀ, ਜਾਂ ਸ਼ਿਪ ਦੇ ਵਿੱਚ ਸਾਡੇ ਜਿਹੜੇ ਜਿੰਨੇ ਜਦੋਂ ਵੀ ਸਾਡੀ ਡਾਕ ਆਉਂਦੀ ਸੀ, ਪਹਿਲਾਂ ਤਾਂ ਗੱਲ ਡਾਕ ਮਿਲਦੀ ਨਹੀਂ ਸੀ। ਕਈ ਵਾਰ ਇਹ ਹੁੰਦਾ ਸੀ ਵੀ ਕੰਪਨੀ ਨੂੰ ਪਤਾ ਸੀ ਜਹਾਜ਼ ਅਮਰੀਕਾ ਜਾ ਰਿਹਾ ਹੈ, ਉਹਨਾਂ ਚਿੱਠੀਆਂ ਅਮਰੀਕਾ ਭੇਜ ਦੇਣੀਆਂ। ਉਦੋਂ ਹੁੰਦਾ ਇਹ ਸੀ ਵੀ ਜਦੋਂ ਤੱਕ ਅਮਰੀਕਾ ਚਿੱਠੀਆਂ ਪੁੱਜਣ ਉਦੋਂ ਤੱਕ ਜਿਹੜਾ ਜਹਾਜ਼ ਉੱਥੋਂ ਸੇਲ ਹੋ ਗਿਆ ਅਫਰੀਕਾ ਵੱਲ ਤੁਰਿਆ ਹੁੰਦਾ ਸੀ, 3-3 ਮਹੀਨੇ ਚਿੱਠੀਆਂ ਨਹੀਂ ਸੀ ਮਿਲਦੀਆਂ। ਅਤੇ ਚਿੱਠੀਆਂ ਦੀ ਔੜ ਅਤੇ ਜਿਹੜਾ ਪਰਿਵਾਰਾਂ ਦਾ ਸੰਤਾਪ ਸੀ, ਇਹ ਸਾਰਾ ਮੈਂ ਲਗਭਗ ਹੱਡੀ ਹਟਾਇਆ ਸੀਗਾ। ਇਸ ਕਰਕੇ ਮੈਂ ਸੋਚਿਆ ਵੀ ਹੁਣ ਬਾਹਰ ਨਹੀਂ ਜਾਇਆ ਜਾਊਗਾ ਅਤੇ ਮੈਂ ਪਿੰਡ ਹੀ ਆਪਣੇ ਸਿੰਘਪੁਰ ਜਿਹੜਾ ਹੈ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰ ਲਿਆ। ਇਸੇ ਦੌਰਾਨ ਮੈਨੂੰ ਜਿਹੜੀ ਸੀ ਕੋਈ ਜੋਬ ਦੀ ਤਲਾਸ਼ ਸੀ, ਕੋਈ ਸਰਕਾਰੀ ਜੋਬ ਮਿਲ ਜਾਏ। ਅਤੇ ਉਦੋਂ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ, ਫਰੀਦਕੋਟ ਜ਼ਿਲ੍ਹੇ ਦੀਆਂ ਜੁਡੀਸ਼ੀਅਲ ਕੋਰਟਸ ਦੇ ਵਿੱਚ ਜਿਹੜੇ ਕੋਈ ਪੋਸਟਾਂ ਸੀਗੀਆਂ ਅਤੇ ਮੈਨੂੰ ਇੱਕ ਕਲਰਕ ਦੀ ਨੌਕਰੀ ਜਿਹੜੀ ਸੀ ਉੱਥੋਂ ਜਿਹੜੀ ਮਿਲ ਗਈ। 1985 ਤੋਂ ਲੈ ਕੇ 97 ਤੱਕ ਮੈਂ ਜਿਹੜਾ ਹੈ ਅਪ ਡਾਊਨ ਕਰਕੇ ਇਹ ਨੌਕਰੀ ਜਿਹੜੀ ਹੈ ਕਰਦਾ ਰਿਹਾ। ਪਰ ਸੁਭਾਅ ਪੱਖੋਂ ਮੇਰਾ ਉੱਥੇ ਜਿਹੜਾ ਮਨ ਨਹੀਂ ਸੀ ਲੱਗ ਰਿਹਾ, ਵੀ ਸਵੇਰ ਤੋਂ ਸ਼ਾਮ ਤੱਕ ਜਿਹੜਾ ਕਚਹਿਰੀਆਂ ਦਾ ਮਾਹੌਲ ਹੁੰਦਾ ਸੀ ਉਹ ਮੈਨੂੰ ਰਾਸ ਨਹੀਂ ਸੀ ਪੈਂਦਾ ਅਤੇ ਮੈਂ ਉੱਥੇ ਘੁੱਟਣ ਮਹਿਸੂਸ ਕਰਦਾ ਸੀ। ਵਿੱਚੇ ਵਿੱਚ ਅਸੀਂ ਕੋਸ਼ਿਸ਼ ਇਹ ਕੀਤੀ ਕੋਈ ਹੋਰ ਕੰਮ ਜਿਹੜਾ ਹੈ ਉਹ ਸੋਚਿਆ ਜਾਵੇ। ਅਤੇ ਇਹਦੇ ਵਿੱਚ ਹੀ ਲੋਹੀਆਂ ਖਾਸ ਵਿਖੇ ਮੇਰੀ ਜਿਹੜੇ ਹੈ ਸਸੁਰਾਲ ਮੇਰੇ ਲੋਹੀਆਂ 'ਚ ਸਹੁਰੇ, ਅਤੇ ਮੇਰੀ ਵਾਈਫ ਜਿਹੜੀ ਹੈ ਇਹਦਾ ਬ੍ਰਦਰ ਕੋਈ ਨਹੀਂ ਸੀ, ਇਹ 3 ਸਿਸਟਰ ਸੀ। ਅਤੇ ਅਸੀਂ ਸੋਚਿਆ ਵੀ ਕਿਉਂ ਨਾ ਉੱਥੇ ਮਦਰ ਸਾਡੀ ਇਕੱਲੀ ਹੈ ਅਤੇ ਇੱਥੇ ਜਾ ਕੇ ਇਹ ਆਪਣਾ ਅਸੀਂ ਸਕੂਲ ਖੋਲ੍ਹ ਲਿਆ। 1990 ਤੋਂ ਇੱਥੇ ਆ ਕੇ ਸਕੂਲ ਚਲਾ ਰਹੇ ਹਾਂ। ਸਾਡੇ ਸਕੂਲ ਦੇ ਵਿੱਚ ਲਗਭਗ 1200 ਵਿਦਿਆਰਥੀ ਜਿਹੜੇ ਹੈ ਹੁੰਦੇ ਆ, ਕਰੋਨਾ ਕਰਕੇ ਕੁਝ ਹੁਣ ਘੱਟ ਗਏ ਨੇ। ਅਤੇ ਨਾਲ ਦੀ ਨਾਲ ਕਿਉਂਕਿ ਖੇਤੀ ਜਿਹੜੀ ਮੇਰੇ ਹੱਡਾਂ 'ਚ ਰਹੀ ਸੀ, ਖੇਤੀ ਬਾਗਬਾਨੀ ਜਾਂ ਬੂਟਿਆਂ ਫਲਾਂ ਨਾਲ ਪਿਆਰ ਸੀ। ਅਤੇ ਪਿਛਲੇ ਸਾਲ ਤੋਂ ਜਦੋਂ ਮੈਨੂੰ ਡਰੈਗਨ ਫਰੂਟ ਦੇ ਬਾਰੇ ਕੁਝ ਪਤਾ ਲੱਗਾ ਤਾਂ ਮੈਂ ਸੋਚਿਆ ਵੀ ਕਿਉਂ ਨਾ ਜਿਹੜਾ ਹੈ ਡਰੈਗਨ ਫਰੂਟ ਦੀ ਜਿਹੜੀ ਹੈ ਇਹ ਵੀ ਖੇਤੀ ਕਰਕੇ ਵੇਖੀ ਜਾਵੇ। ਇਹਦੇ ਬਾਰੇ ਜਦੋਂ ਮੈਂ
सजे खबे यूट्यूब से हाथ मारने शुरू किए तो सब तो पहले मैं पता लगा कि बरनाले लागे ठुल्लेवाल कोई सरदार सतनाम सिंह काम कर रहे हैं। मैं उन्होंने फॉर्म वेख्या, उन्हों का फॉर्म वेख्या, उतों पता लगा भी कि वरायटी ला रहे हैं। फिर साढ़े एक मित्र ने उन्होंने दस पाई कि भोगपुर लागे कोई सरदार लखविंदर सिंह ने पुलिस चो रिटायर होए ने, वह वधिया खेती कर रहे हैं ड्रैगन फ्रूट की, उन्हों का बाग वेख्या। तो उस तो बाद मैं घरद्या के सलाह की भी क्यों ना आप जी पहले ठेके दिने वो कुछ हिस्से जोड़ा है आप बाग ला लीए। जो तो बाग लाने की गल सारी चली, मेन सारा फाइनांस का ही भी सत अठ लख रुपया है एक इदा खर्च करना है। सब तो पहले असी यदा प्रबंध करने वास्ते मैं सोच लग पाया, एक दो यार मित्र से मेरे जो मेरे फॉरन के बहुत लिंक ने, मेरे ज्यादा 90% मित्र जोड़े वो अमेरिका ज कनेडा ज इंग्लैंड सैटल ने, वो कहते भी कोई गल नहीं तेन जो तेरे को पैसे होने मोड़ दी पैसे तेन असी दे देंगे, कम शुरू कर जो कोई नवं है। तो इस विधि के नाल मैं जोड़ा है कम जो है ड्रैगन फ्रूट का है शुरू करने बारे सोच लिया। ये जो मेन खर्च है यदा पिलर का तो उपर जो चक्कर का है जो सारा कि कंस्ट्रक्शन का जो है कम हैगा है, सीमेंट है कंक्रीट है महंगे पेंदे ने। इन्हां वास्ते असी बलाचौर लगे काठगढ़ ने कोई जो फैक्ट्री बनाते उन्हां तक अप्रोच की। वापस रस्ते चाहद्या सूँ कुछ एक जो सलाहकार मिले, उन्होंने सूँ जो है डिमोरलाइज भी किया भी नवा नवा पंगा है, ताकि उम्र 67-68 साल की उम्र हो गई है, इस उम्र के कोई यहोजा काम नहीं लेना करना चाहिए जिद मिले कुछ ना, कल न बाग ना चलिया फिर की करोगे। मैं एक बार तो जरूर जोड़ा है मेरा मन जोड़ा है होया कि वह गल ना हो, पर फिर जो मैं अपना पिछला इतिहास वेख्या भी इन्ना कुछ जिंदगी बंदा कर लिया वा, जो हूँ भी करी जाएंगे तो की फर्क पैन लगा। मेरे बच्चों ने बेटे ने स्पैशल बेटिया ने मैंने कहा भी पापा कोई गल नहीं शौक है तो पूरा करो। फिर मैं सरदार लखविंदर सिंह होनी क्योंकि उन्होंने 2 साल हो गए से कम करद, उन्हों की सलाह नाल ही उन्होंने मैं बूटे मंगा के दते। तो असी जो है मार्च महीने के जो है अपना प्लांटेशन जी सी एक एकड़ शुरू कर दी। ये सारी की सारी खेती जी है असी ऑरगेनिक कर रहे हैं, कोई फर्टिलाइजर नहीं पाया गया। तो मैं अपने जोड़े पहलों फार्मरस काम कर रहे उन्होंने यूट्यूब तो कुछ वीडियो देख ली दी, कुछ होर मित्रों को सलाह ले ली दी। तो मैनू लगता है कि जोड़ा फार्म साडा हैगा है मार्च महीने चलाया से, तो मैं पिछले महीने सितंबर च एक फ्रूट जोड़ा है तो लाभ चुके हैं। तो हूँ भी जोड़ा है 10-15 फल जोड़े सारे बाग के लगे आ। आम दसते कि पहले साल फल कोई नहीं होता, पर साड़ी वरायटी जिड़ी भी वरायटी है जिदा मेरा टेक्निकल नाम तो पता नहीं था की होगा, पर बाहरों भी लाल ने विचों भी लाल ने, खाने से मिठास बहुत है। जिहड़ा फ्रूट अपने हुण पंजाब दे विच इंडिया च बाहरों इंपोर्ट किया जा रहा है उन्हां वरायटियों च इन्नी मिठास नहीं है। पंजाब की धरती दी एक कलो देण है ज ऑरगेनिक खेती का कम है कि जिहड़ा पंजाब का ड्रैगन फ्रूट है ये बहुत मिठा है। तो जिन्नी खेती पंजाब हुण तक लोग कर रहे हैं मेरी नॉलेज जिन्ना का आए ने, मेरे 4-5 फार्म ने, वध तो वध अजे तक 20 एकड़ फार्म पंजाब च नहीं होया। तो इहदी खेती जिहड़ी है लाहेवंद हो सकती है जिहदे विच गौरमेंट थोड़ा जिहा अपना जिहड़ा है योगदान पावे। सवेर तो शाम तक आपां सुणदे आ जां बहसां अक्सर हुंदियां कि पंजाब जिहड़ा है कणक झोने चों बाहर निकले पंजाब का पानी थले जा रहा है, इहदे च कोई दो रावां नहीं कि पंजाब का पानी बहुत थले चला गया वा, इहदे विच जहरां बहुत रल गईआं ने, पर इहदा कुछ ना कुछ गौरमेंट का हथ अपना बनता है, उन्होंने जिहड़ा कह लईए फर्ज बनता है कि जे उन्होंने खेती बचाउणी है तो किसानी की बांह फड़े, जे उन्होंने फसली चक्कर कणक झोने चों कढ़ना है तो कोई जिहड़ा जे किसान अपने लैवल पर कुछ एक्सट्रा कर रहा है तो वो मदद कर। साड़ी गुजारिश है जिहड़े पंजाब गौरमेंट नूं जां इंडिया गौरमेंट नूं कि जिहड़े भी बंदे बागबानी कर रहे किसी भी लैवल पर कर रहे चाहे ड्रैगन फ्रूट दे चाहे कोई होर है, उन्होंने वध तों वध जिहड़ी है हैल्प की जाए। ड्रैगन फ्रूट ते अजकल कोई सबसिडी नहीं दी जा रही, 7-8 लाख का खर्चा है तुसीं करदे एक किले का, तुहानूं जानवरां तों बचाउणा पएगा, आले दुआले तुसीं जाल लाओगे तारां लाओगे। तो ये वास्ते जे गौरमेंट वध तो वध सबसिडी करे तो दोवां कम्मां दा तरां दा फायदा है, किसान नूं भी मुनाफा हो सकता है, धरती जिहड़ी है उहदा पानी भी थले नहीं जाएगा। तो जे गौरमेंट चाहे तो अपने लैवल पर किसानां नूं कोई जिहड़ा है मिनीमम सपोर्ट प्राइस दे के खरीद के इहदी प्रोसैसिंग भी बाहरले देशां 'च हुंदी आ जां बाहरले देशां नूं जिहड़ा है इह एक्सपोर्ट भी कर सकदे आ, इहदे नाल पंजाब दी धरती ते इक नवें फल दी आमद हो रही आ। ते नाल दी नाल जिहड़ा हैगा है पंजाब दा वातावरण जिहड़ा है उह जिहड़ा आपां रोज़ सोचते हैं कि प्रदूषण वध रहा है या धरती का हेठला पानी थले जा रहा है, ड्रैगन फ्रूट नूं पानी की कोई ज़्यादा जरूरत नहीं पैंदी, इहदा ज़्यादा कोई खलारा नहीं है। जे कोई मेहनती किसान होवे तो वह इहदे विच कोई ना कोई होर फसलां ला के जिहड़ा है अपना घर का बड़ा वधिया जिहड़ा है गुजारा चला सकता है।
ਪੰਜਾਬ ਦੀ ਧਰਤੀ ਦੀ ਇਹ ਵਿਲੱਖਣਤਾ ਹੈ ਕਿ ਇੱਥੇ ਜਿੱਦਾਂ ਆਪਾਂ ਪੰਜਾਬੀ 'ਚ ਕਿੰਨੇ ਦੇ ਬੰਦਾ ਵੱਢ ਕੇ ਰੱਖਦੇ ਉਹ ਵੀ ਉੱਗ ਪਏਗਾ। ਸਿਰਫ ਅਤੇ ਸਿਰਫ ਜਿਹੜਾ ਫਰਕ ਪੈਂਦਾ ਹੈ ਮੁੜ ਕੇ ਆ ਕੇ ਮਾਰਕੀਟਿੰਗ ਦਾ ਹੈ, ਪੈਦਾ ਹਰ ਕੁਝ ਚੀਜ਼ ਕਰ ਸਕਦੇ ਹੈ, ਮਾਰਕੀਟਿੰਗ 'ਤੇ ਆ ਕੇ ਕਿਸਾਨ ਜਿਹੜਾ ਹੈ ਉਹ ਮਾਰ ਖਾ ਜਾਂਦਾ ਹੈ। ਇਸ ਕੰਮ ਵਾਸਤੇ ਵੀ ਜਿਹੜੀ ਹੈ ਗੌਰਮੈਂਟ ਨੂੰ ਜਿਹੜੀ ਹੈ ਹੈਲਪ ਕਰਨੀ ਚਾਹੀਦੀ ਆ। ਜਿਹੜੇ ਪੌਦਿਆਂ ਬਾਰੇ ਆਮ ਕਿਹਾ ਜਾਂਦਾ ਕਿ ਪੰਜਾਬ 'ਚ ਨਹੀਂ ਹੁੰਦੇ, ਮੈਂ ਪਿੱਛੇ ਜੇ 2 ਸਾਲ ਪਹਿਲਾਂ ਡਲਹੌਜ਼ੀ ਵੱਲ ਗਿਆ ਸੀ ਅਤੇ ਇੱਕ ਨਰਸੀ 'ਤੇ ਰੁਕ ਗਿਆ ਮਹੂਏ ਦੇ ਬੂਟੇ ਲੈਣ ਵਾਸਤੇ, ਅਤੇ ਨਰਸੀ ਦਾ ਉਹਨਰ ਕਹਿ ਰਿਹਾ ਸੀ ਇਹਨੇ ਕਹਾਂ ਸਿਆਏ ਹੋ ਮੈਂ ਪੰਜਾਬ 'ਚ ਨਹੀਂ ਹੋਗੇ, ਮੈਂ ਤੈਨੂੰ ਕੀ ਇਹਦੇ ਵਿੱਚ ਖਤਰਾ ਹੈ, ਪੈਸੇ ਮੈਂ ਦੇਣੇ ਹੈ। ਉਹ ਬੂਟੇ ਮੈਂ ਲਾਏ ਨੇ ਅਤੇ ਮਹੂਏ ਨੂੰ ਬੜਾ ਸੋਹਣਾ ਫਲ ਲੱਗਾ ਹੈ, ਫੁੱਲ ਲੱਗੇ ਨੇ, ਅਤੇ ਈਵਨ ਉਹਨਾਂ ਦੀ ਥੱਲੇ ਪਨੀਰੀ ਵੀ ਜਿਹੜੀ ਹੈ ਉੱਗੀ ਪਈ ਹੈ। ਸਾਡੇ ਸਕੂਲ ਦੇ ਵਿੱਚ ਵੀ ਘੱਟੋ ਘੱਟ ਤੁਹਾਨੂੰ 200 ਵਰਾਇਟੀਆਂ ਦੇ ਬੂਟੇ ਜਿਹੜੇ ਵੇਖਣ ਨੂੰ ਮਿਲ ਜਾਣਗੇ, ਜਿਹੜੀਆਂ ਬਾਰੇ ਕਿਹਾ ਜਾਂਦਾ ਕਿ ਨਹੀਂ ਹੁੰਦੇ। ਆਵਾਕਾਡੋ ਦੇ ਪਲਾਂਟ ਮੈਂ ਸਕੂਲ 'ਚ ਲਾਏ ਨੇ, ਉਹ ਹੋ ਰਹੇ ਨੇ। ਉਹ ਕਿਹੜਾ ਬੂਟਾ ਹੈ ਜਿਹੜਾ ਅੰਬ ਤੋਂ ਲੈ ਕੇ ਅੰਬ ਜਾਮਨ ਸ਼ਰੀ ਤੂਤ ਜਿਹੜਾ ਨਹੀਂ ਹੁੰਦਾ। ਪਿਛਲੇ ਸਾਲ ਮੈਨੂੰ ਕੈਨੇਡਾ ਦੇ ਵਿੱਚ ਮੇਰੀ ਫੇਰੀ ਦੌਰਾਨ ਮੈਨੂੰ ਇੱਕ ਤੂਤ ਬਹੁਤ ਚੰਗੇ ਲੱਗੇ ਸੀ, ਉੱਥੇ ਸਪੈਸ਼ਲੀ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਉਹ ਛਤਰੀ ਟਾਈਪ ਹੈ, ਉਹਨਾਂ ਠਾਹ ਨੂੰ ਜਿੱਦਾਂ ਛਤਰੀ ਹੁੰਦੀ ਹੈ ਬਿਲਕੁਲ ਇੱਦਾਂ ਹੁੰਦੇ ਨੇ। ਅਤੇ ਮੈਂ ਉਹ ਕਲਮਾਂ ਵੀ ਜਿਹੜੀਆਂ ਇਹ ਇੱਕ ਵਾਰੀ ਮੈਂ ਮੰਗਾਈਆਂ, ਇੱਕ ਵਾਰੀ ਕਿਸੇ ਮਿੱਤਰ ਕੋਲ ਮੰਗਾਈਆਂ, ਅਤੇ ਉਹ ਸਾਡੇ ਘਰ ਉਹ ਵੀ ਬੂਟਾ ਜਿਹੜਾ ਹੈ ਬਹੁਤ ਵਧੀਆ ਜਿਹੜਾ ਹੈ ਚੱਲ ਰਿਹਾ ਹੈ। ਸੋ ਇਸ ਵਾਸਤੇ ਜਿਹੜਾ ਹੈ ਥੋੜ੍ਹੀ ਸਾਨੂੰ ਹਿੰਮਤ ਦੀ ਲੋੜ ਹੈ। ਅਤੇ ਨੈਕਸਟ ਜਿਹੜਾ ਹੈ ਮੇਰਾ, ਕਿਉਂਕਿ ਲਿਟਰੇਰੀ ਫੰਕਸ਼ਨ ਹੈ, ਮੈਂ ਲਿਟਰੇਚਰ ਦਾ ਵਿਦਿਆਰਥੀ ਹਾਂ, ਟਿਲ ਡੇਟ ਵੀ ਜਿਹੜਾ ਹੈ ਮੈਂ ਜਿਹੜਾ ਹੈ ਆਪਣੇ ਆਪ ਨੂੰ ਸਮਝਦਾ ਮੈਂ ਇਹਦਾ ਸਾਹਿਤ ਦਾ ਵਿਦਿਆਰਥੀ ਹਾਂ। ਮੈਂ ਪੋਇਟਰੀ ਲਿਖਦਾ ਵਾਂ, ਨਾਟਕ ਲਿਖਦਾ ਵਾਂ, ਅਤੇ ਸਾਡੇ ਸਕੂਲ ਦੀਆਂ ਟੀਮਾਂ ਜਿਹੜੀਆਂ ਨੇ ਉਹ ਵੱਖ ਵੱਖ ਸਟੇਜਾਂ 'ਤੇ ਜਾ ਕੇ ਪੰਜਾਬ 'ਤੇ ਨਾਟਕ ਕਰਦੀਆਂ ਨੇ। ਵਿਸ਼ੇ ਸਾਡੇ ਜਿਹੜੇ ਹੈ ਕੁੱਲ ਮਿਲਾ ਕੇ ਪੇਂਡੂ ਕਿਸਾਨੀ ਅਤੇ ਗਰੀਬ ਜਿਹੜਾ ਮਜ਼ਦੂਰ ਵਰਗ ਹੈ ਉਹਦੇ ਨਾਲ ਜੁੜੇ ਹੁੰਦੇ ਨੇ। ਜਿਸ ਦਿਨ ਦਾ ਕਿਸਾਨ ਸੰਘਰਸ਼ ਜਿਹੜਾ ਹੈ ਚੱਲ ਰਿਹਾ ਹੈ, ਅਸੀਂ ਤਨ ਮਨ ਧਨ ਦੇ ਨਾਲ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਜਿਹੜਾ ਹੈ ਦਿੱਲੀ ਦੇ ਸਾਰੇ ਵੱਖ ਵੱਖ ਬਾਰਡਰਾਂ 'ਤੇ ਜਿਹੜਾ ਹੈ ਉਹ ਆਪਣਾ ਕੰਮ ਕਰ ਰਹੇ ਹਾਂ। ਪਾਸ ਯਾਦਗਾਰੀ ਕੌਮਾਂਤਰੀ ਟਰੱਸਟ ਜਿਹੜਾ ਹੈ ਉਸਦਾ ਪੰਜਾਬ ਦਾ ਮੈਂ ਮੈਂਬਰ ਹਾਂ, ਅਤੇ ਅਸੀਂ 26 ਅਕਤੂਬਰ ਨੂੰ ਜਿਹੜਾ ਹੈ ਪਾਸ ਦੀ ਚੋਣਵੀਂ ਕਵਿਤਾ ਜਿਹੜੀ ਹੈ ਉੱਥੇ ਜਿਹੜੀ ਛਾਪ ਕੇ ਅਤੇ ਲੋਕਾਂ ਨੂੰ ਜਿਹੜੀ ਹੈ ਜਿੱਥੇ ਫਾਰਮਰ ਬੈਠੇ ਨੇ ਉਹਨਾਂ ਨੂੰ ਫ੍ਰੀ ਵੰਡ ਕੇ ਆਵਾਂਗੇ। ਇੱਕ ਜਿਹੜਾ ਮੈਂ ਪਹਿਲਾਂ ਗੱਲ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਬੰਦਾ ਪ੍ਰਦੇਸ਼ 'ਚ ਰਹਿੰਦਾ ਹੈ ਉਹਦੇ ਵਾਸਤੇ ਚਿੱਠੀਆਂ ਦੀ ਕੀ ਬੁਕਤਾ ਹੈ। ਜਿੰਨਾ ਚਿਰ ਮੈਂ ਬਾਹਰ ਰਿਹਾ ਵਾਂ, ਮੇਰੇ ਯਾਰਾਂ ਮਿੱਤਰਾਂ ਦੀਆਂ ਜਾਂ ਹੋਰ ਵੱਖ ਵੱਖ ਲੈਂਗੁਏਜ ਤੋਂ ਚਿੱਠੀਆਂ, ਜਾਂ ਜਿਹੜੇ ਵੀ ਬੰਦੇ ਸਾਡੇ ਸੰਪਰਕ 'ਚ ਆਉਂਦੇ ਸੀ ਉਹਨਾਂ ਨਾਲ ਸਾਡੀ ਖਤੋ ਕਿਤਾਬਤ ਹੋ ਜਾਂਦੀ ਸੀ। ਉਦੋਂ ਮੋਬਾਈਲ ਨਹੀਂ ਸੀ, ਈਮੇਲ ਨਹੀਂ ਸੀ, ਜਿਸ ਬੰਦੇ ਦਾ ਵੀ ਕਿਸੇ ਨੂੰ ਦਿਲ ਕਰਦਾ ਸੀ ਉਹਨੇ ਐਡਰੈਸ ਲੈਣਾ, ਚਿੱਠੀ ਪਾ ਦੇਣੀ। ਅਤੇ ਉਹ ਕਲੈਕਸ਼ਨ ਮੈਂ 32 ਸਾਲ ਆਪਣੇ ਕੋਲ ਸਾਂਭ ਰੱਖੀ ਹੈ। 2 ਸਾਲ ਪਹਿਲਾਂ ਉਹ ਕਲੈਕਸ਼ਨ ਦੇ ਵਿੱਚ ਜਿਹੜੀਆਂ ਹੈ ਇੱਕ ਬੁੱਕ ਰੂਪ 'ਚ ਪ੍ਰਕਾਸ਼ਿਤ ਕੀਤੀ ਹੈ। ਉਹਦੇ ਵਿੱਚ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਦੀਆਂ ਚਿੱਠੀਆਂ ਨੇ, ਕੁਝ ਇੱਕ ਸਪੈਨਿਸ਼ ਜਾਂ ਹੋਰ ਭਾਸ਼ਾਵਾਂ ਦੀਆਂ ਚਿੱਠੀਆਂ ਹੀ ਅਨੁਵਾਦ ਕਰ ਲਈਆਂ ਹੈ। ਪੰਜਾਬੀ 'ਚ ਉਸਦਾ ਨਾਮ ਹੈ ਇਹ ਚਿੱਠੀਆਂ, ਅਤੇ ਇੰਗਲਿਸ਼ 'ਚ ਦੀਜ ਲੈਟਰਸ ਦੇ ਨਾਂ ਥੱਲੇ ਜਿਹੜੀ ਹੈ ਉਹ ਕਿਤਾਬ ਜਿਹੜੀ ਹੈ ਛਪੀ ਹੈ। ਅਤੇ ਮੇਰੇ ਜਿੰਨੀ ਕੁ ਮੇਰੀ ਸਟੋਰੀ ਸੀਗੀ ਮੈਂ ਤੁਹਾਨੂੰ ਜ਼ਿੰਦਗੀ ਦੀ ਬੜੀ ਬਰੀਫ ਜਿਹੜੀ ਹੈ ਆਪਣੀ ਦੱਸ ਦਿੱਤੀ ਹੈ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਗੁਰਚੇਤ ਦਾ ਰੈੱਡ ਬਾਕਸ ਚੈਨਲ ਵੱਲੋਂ, ਅਤੇ ਉਹਨਾਂ ਦੇ ਸਾਥੀ ਕੈਮਰਾਮੈਨ ਦਾ, ਅਤੇ ਤੁਹਾਡਾ ਸਾਰਿਆਂ ਦਾ, ਸਰੋਤਿਆਂ ਦਾ ਜਿਹੜੇ ਹੁਣ ਤੱਕ ਜਿਹੜੇ ਹੈ ਮੇਰੀ ਇਹ ਛੋਟੀ ਜਿਹੀ ਸਟੋਰੀ ਜਿਹੜੀ ਹੈ ਵੇਖ ਰਹੇ ਆ। ਮੈਂ ਫਿਰ ਕਹਿੰਦਾ ਹਾਂ ਕਿ ਮੈਂ, ਮੇਰੇ ਯਾਰ ਦੋਸਤ ਵੀ ਕਹਿੰਦੇ ਤੇ ਹਰ ਵੇਲੇ ਚੜ੍ਹਦੀ ਕਲਾ 'ਚ ਕਿਉਂ ਰਹਿੰਦਾ ਵਾਂ, ਮੈਂ ਕਿਹਾ ਮੈਂ ਤਬੀਅਤ ਹੀ ਕੁਝ ਇੱਦਾਂ ਦੀ ਹੈ, ਕੋਈ ਜ਼ਿੰਦਗੀ ਦੇ ਵਿੱਚ ਕੁਝ ਤਜਰਬੇ ਹੀ ਇਹੋ ਜਿਹੇ ਹੋਏ ਵੀ ਘਰੋਂ ਬਾਹਰ ਨਿਕਲ ਕੇ ਥਾਂ ਥਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਂ ਉਹਨਾਂ ਹਾਲਤਾਂ 'ਚ, ਉਹਨਾਂ ਘੜੀਆਂ 'ਚ ਰਿਹਾ ਵਾਂ, ਉਹਨਾਂ ਦੇਸ਼ਾਂ 'ਚ ਰਿਹਾ ਵਾਂ ਜਿੱਥੇ ਕਿਸੇ ਨੂੰ ਕੋਈ ਆਪਣੀ ਗੌਰਮੈਂਟ ਦੀ ਮਨਜ਼ੂਰੀ ਤੋਂ ਬਿਨਾਂ ਰੱਖ ਨਹੀਂ ਸੀ ਸਕਦਾ। ਅਤੇ ਜਿਹੜੇ ਸਾਡੇ ਹੋਸਟ ਸੀ ਮੁਸਲਮਾਨ ਪਰਿਵਾਰ ਸੀ, ਉਹਨਾਂ ਨੇ ਸਾਨੂੰ ਸਾਂਭਿਆ, ਸਾਡੀ ਖਾਤਰ ਉਹਨਾਂ ਨੇ ਉਸ ਵੇਲੇ ਦੀ ਸਰਕਾਰ ਕੋਲੋਂ ਭਾਰੀ ਜੁਰਮਾਨੇ ਵੀ ਜਿਹੜੇ ਆ ਉਹ ਵੀ ਅਦਾ ਕੀਤੇ ਸੀ। ਮੈਂ ਅੱਜ ਵੀ ਜਦੋਂ ਕਿਤੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਵਾਂ, ਉਹਨਾਂ ਦੋਸਤਾਂ ਨੂੰ ਯਾਦ ਕਰਦਾ ਵਾਂ, ਉਹਨਾਂ ਹਮਦਰਦਾਂ ਨੂੰ ਯਾਦ ਕਰਦਾ ਵਾਂ ਜਿਨ੍ਹਾਂ ਦੀ ਬਦੌਲਤ ਅਸੀਂ ਜਿਹੜੇ ਮਾੜੇ ਦਿਨ ਕੱਟੇ ਸੀ, ਮੇਰਾ ਸਿਰ ਝੁਕਦਾ ਹੈ। ਇਨਸਾਨੀਅਤ ਜ਼ਿੰਦਾਬਾਦ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।